ਸਾਰਿਆਂ ਤੋਂ ਪਹਿਲਾਂ 25 ਸਤੰਬਰ ਅੱਜ ਆਪਣਾ ਇੱਥੇ ਇਕੱਠੇ ਹੋਣ ਦਾ ਮਕਸਦ ਕੀ ਹੈ, ਕੀ ਚੱਲ ਰਿਹਾ? ਸਾਰਿਆਂ ਤੋਂ ਪਹਿਲਾਂ ਮੇਰੇ ਵੀਰ ਜਿਹੜੇ ਕੋਠਿਆਂ ਤੇ ਬੈਠੇ ਹੈ, ਇੱਧਰ ਵੀ ਬੈਠੇ ਹੈ, ਇੱਧਰ ਵੀ ਬੈਠੇ ਹੈ, ਸਾਰਿਆਂ ਤੋਂ ਬਹੁਤ ਸਵਾਲ ਬੈਠੇ ਅੱਜ ਮੈਂ ਤੋਂ ਪਹਿਲਾਂ ਮਾਣ ਮਹਿਸੂਸ ਹੁੰਦੇ ਆ ਕਿ ਅਸੀਂ ਆਹ ਰਹਿੰਦੇ ਜੁੜਦੇ ਹੋਏ ਹਾਂ। ਆਪਣੇ ਜੋ ਮਾਪੇ ਅੱਜ ਤੋਂ ਤਕਰੀਬਨ 7 ਸਾਲ ਪਹਿਲਾਂ ਜਦੋਂ ਆਪਣਾ ਦੇਸ਼ ਆਜ਼ਾਦ ਨਹੀਂ ਹੋਇਆ ਸੀ ਉਦੋਂ ਆਪਣਾ ਖੇਤੀ ਸਿਸਟਮ ਕੁਛ ਇਹੋ ਜਿਹਾ ਹੁੰਦਾ ਸੀ ਵੀ ਜੇ ਮੈਂ ਆਦਮੀ ਜਾਂ ਸ਼ਾਹੂਕਾਰ ਹਾਂ ਮੈਂ ਕਿਸੇ ਤੋਂ ਪੈਸੇ ਲੈਣੇ ਨੇ। ਜਦੋਂ ਆ ਜਿਹੜੀ ਹਾਲੀ ਸੋਹਣੀ ਆ ਗਈ ਮੈਂ ਜਾ ਕੇ ਅੰਦਾਜ਼ਾ ਲਗਾ ਵੀ ਆ ਚੱਕ ਭਾਈ ਉਹਨਾਂ ਕੋਲ ਪਰ ਉਹ ਤੋਂ ਬਾਅਦ ਸਰਕਾਰ ਜਦੋਂ ਆਜ਼ਾਦ ਹੋ ਜਾਂਦੇ ਦੇਸ਼ ਆਪਣਾ ਸਰਕਾਰ ਨੇ ਕੀ ਇੱਕ ਖਰੜਾ ਤਿਆਰ ਕੀਤਾ ਉਹਦਾ ਨਾਮ ਕੀ ਰੱਖਿਆ APMC ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ। ਇੱਕ ਮਿੰਟ ਗੱਲ ਸੁਣੋ ਯਾਰ, ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਦਾ ਮੁੱਦਾ ਕੀ ਸੀ? ਉਹਨੇ ਉਹਨਾਂ ਨੇ ਕੀਤਾ ਵੀ ਸਾਡੇ ਵਰਗੇ ਸਰਕਾਰ ਵਰਗੇ ਫੈਸਲੇ ਦੇ ਬੰਦੇ ਹੀ ਫਸਲ ਖਰੀਦ ਸਕਣਗੇ ਜਿਹਨਾਂ ਨੂੰ ਆਪਾਂ ਆਰਪੀਏ ਕਹਿੰਦੇ ਹਾਂ। ਗੱਲ ਇਹ ਹੈ ਕਿ ਨਹੀਂ ਹੈ
ਜਿੱਦਾਂ ਲੋਕਡਾਊਨ ਹੋਇਆ 855 ਦੋ ਮਹੀਨੇ ਚੱਲਿਆ ਆਈ ਦੇ ਜਟ ਆਇਆ ਮਾੜਾ ਲਫੜੇ ਜਾ ਕੇ ਮੋਤੀ ਨੂੰ ਨਹੀਂ ਤਾਂ ਦੂਜਿਆਂ ਵਾਂਗੂ
ਸਿੱਧੂ ਮੂਸੇਵਾਲਾ ਮਾਨਸਾ ਜ਼ਿਲ੍ਹੇ ਦੇ ਨਾਲ ਖੜਾ ਹੋਊਗਾ ਇੱਕ ਨਾਲ ਕੇ ਠੀਕ ਹੈ ਜੀ।